ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਬੜੇ ਪ੍ਰੇਮ ਨਾਲ ਅਸੀਸਾਂ ਦਿੰਦੇ ਹੋਏ ਰਾਗਾਤਮਕ ਕੀਰਤਨ ਜੋ ਮਿਸ਼ਰਤ ਰਾਗ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਪ ਜੀ ਗੁਰੂ ਦੇ ਲਾਡਲੇ ਕੀਰਤਨੀਆਂ ਪਾਸੋਂ ਕਈ ਰੋਜ਼ਾਂ ਤੋਂ ਸਰਵਣ ਕਰ ਰਹੇ ਹੋ, ਅਸੀਸਾਂ ਦੇ ਰਹੇ ਹੋ ਸਾਧ ਸੰਗਤ ਜੀਓ। ਅੱਜ ਦਾ ਬੜਾ ਹੀ ਪਿਆਰਾ ਰਾਗ, ਰਾਗ ਬਿਲਾਵਲ ਗੋਂਡ, ਬਿਲਾਵਲ ਦੱਖਣੀ, ਬਿਲਾਵਲ ਮੰਗਲ, ਅਤੇ ਅੱਜ ਦਾ ਰਾਗ ਬਿਲਾਵਲ ਗੋਂਡ। ਇੱਕ ਰਾਗ ਬਿਲਾਵਲ ਹੈ, ਇੱਕ ਰਾਗ ਗੋਂਡ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 31 ਰਾਗਾਂ ਦੇ ਵਿੱਚ ਦੋਨੋਂ ਰਾਗ ਅਲੱਗ ਅਲੱਗ ਰੂਪ ਵਿੱਚ ਦਰਜ ਨੇ। ਬਿਲਾਵਲ ਅਲੱਗ ਦਰਜ ਹੈ, ਗੋਂਡ ਅਲੱਗ ਰਾਗ ਦਰਜ ਹੈ। ਬੜਾ ਹੀ ਪਿਆਰਾ ਰਾਗ, ਇਸ ਰਾਗ ਦੇ ਵਿੱਚ ਸਾਰੇ ਸਵਰ ਸ਼ੁੱਧ ਲੱਗਦੇ ਨੇ, ਉਹਦੇ ਬਾਵਜੂਦ ਵੀ ਇਹ ਬੜਾ ਖੇੜੇ ਦਾ ਰਾਗ ਮੰਨਿਆ ਗਿਆ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕੋ ਹੀ ਸ਼ਬਦ ਸਾਨੂੰ ਰਾਗ ਬਿਲਾਵਲ ਗੋਂਡ ਵਿੱਚ ਮਿਲਦਾ ਹੈ, ਆਜ ਨਾਮੇ ਬਿਠਲ ਦੇਖਿਆ ਮੂਰਖ ਕਉ ਸਮਝਾਵੋ ਰੇ। ਭਗਤ ਨਾਮਦੇਵ ਜੀ ਦੀ ਪਵਿੱਤਰ ਬਾਣੀ ਦਾ ਇਹ ਸ਼ਬਦ ਸਾਨੂੰ ਰਾਗ ਬਿਲਾਵਲ ਗੋਂਡ ਦੇ ਅੰਤਰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਮਿਲਦਾ ਹੈ। ਸੋ ਅੱਜ ਦਾ ਬੜਾ ਪਿਆਰਾ ਰਾਗ, ਰਾਗ ਬਿਲਾਵਲ ਗੋਂਡ। ਇਸ ਰਾਗ ਦੇ ਰਾਗਾਤਮਕ ਪੱਖ ਵੱਲ ਦੇਖੀਏ, ਇਸ ਰਾਗ ਦਾ ਥਾਟ ਬਿਲਾਵਲ ਹੀ ਹੈ। ਇਸ ਰਾਗ ਦਾ ਵਾਦੀ ਸਵਰ ਗੰਧਾਰ ਨੂੰ ਮੰਨਿਆ ਗਿਆ, ਸੰਵਾਦੀ ਸੁਰ ਧੈਵਤ ਨੂੰ ਮੰਨਿਆ ਗਿਆ ਹੈ। ਇਸ ਰਾਗ ਦੀ ਜਾਤੀ ਸੰਪੂਰਨ ਵੱਕਰ ਸੰਪੂਰਨ ਮੰਨੀ ਗਈ ਹੈ। ਇਸ ਰਾਗ ਦਾ ਗਾਇਨ ਸਮਾਂ ਦਿਨ ਦਾ ਦੂਸਰਾ ਪਹਿਰ ਮੰਨਿਆ ਗਿਆ ਹੈ। ਆਓ ਬੜੇ ਪਿਆਰ ਨਾਲ ਰਾਗ ਬਿਲਾਵਲ ਗੋਣ ਦੇ ਵਿੱਚ ਆਪਾਂ ਗੁਰੂ ਦੇ ਲਾਡਲੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।